ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮਾਈ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਹਾਇਰ ਦੇ 5 ਸਟਾਰ ਏਸੀ ਦੇ ਬਾਰੇ ਵਿੱਚ, ਜਿਹੜਾ ਕਿ 1.6 ਟਨ ਦੇ ਵਿੱਚ ਆਉਂਦਾ ਹੈ। ਜੇ ਮੈਂ ਇਹਦੀ ਕੂਲਿੰਗ ਕਪੈਸਿਟੀ ਦੀ ਗੱਲ ਕਰਾਂ, ਇਹਦੀ ਕੂਲਿੰਗ ਕਪੈਸਿਟੀ 5400 ਵਾਟ ਦੀ ਹੈ, ਜਿਹੜਾ ਕਿ ਮਾਰਕੀਟ ਦੇ ਇਸ ਟਾਈਮ ਕੋਈ ਵੀ ਬ੍ਰਾਂਡ ਨਹੀਂ ਪ੍ਰੋਵਾਈਡ ਕਰ ਰਿਹਾ। ਦੈਨ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਨਿਊ ਫੀਚਰ ਐਡ ਹੋਇਆ ਆ। ਵਰਲਡ ਦਾ ਇੱਕੋ ਇੱਕ ਬ੍ਰਾਂਡ ਆ ਜਿਹੜਾ ਇਹ ਫੀਚਰ ਨੂੰ ਯੂਜ਼ ਕਰਦਾ ਪਿਆ, ਉਹ ਹੈ ਹਾਇਰ। ਸੈਲਫ ਕਲੀਨ ਟੈਕਨੋਲੋਜੀ ਦੇ ਨਾਲ ਆਉਂਦਾ ਜੀ ਇਹ। ਇਹਦੇ ਵਿੱਚ ਕੀ ਆ, ਜਦੋਂ ਵੀ ਤੁਹਾਨੂੰ ਲੱਗਦਾ ਆ ਕਿ ਤੁਹਾਡੇ ਫਿਨਸ ਦੇ ਵਿੱਚ ਡਸਟਿੰਗ ਵਗੈਰਾ ਫਸ ਗਈ ਆ, ਜਾਂ ਤੁਹਾਨੂੰ ਲੱਗਦਾ ਆ ਕਿ ਤੁਹਾਡੀ ਏ ਸੀ ਕੂਲਿੰਗ ਪ੍ਰੋਪਰ ਨਹੀਂ ਕਰ ਰਿਹਾ ਹੈਗਾ, ਦੈਨ ਤੁਸੀਂ ਸੈਲਫ ਕਲੀਨ ਦਾ ਬਟਨ ਦੱਬ ਸਕਦੇ ਹੋ। ਉਹਦੇ ਵਿੱਚ ਕੀ ਹੋਣਾ ਆ, ਤੁਹਾਡਾ ਇਨਡੋਰ ਯੂਨਿਟ 15 ਮਿੰਟ ਵਾਸਤੇ ਬੰਦ ਹੋ ਜਾਏਗਾ ਅਤੇ ਆਊਟਡੋਰ ਯੂਨਿਟ 15 ਮਿੰਟ ਵਾਸਤੇ ਚੱਲਦਾ ਰਹੇਗਾ। 15 ਮਿੰਟ ਬਾਅਦ ਜਦੋਂ ਤੁਹਾਡਾ ਇਨਡੋਰ ਸਟਾਰਟ ਹੋਏਗਾ ਤਾਂ ਇਹਦੇ ਉੱਤੇ ਇੱਕ ਬਰਫ਼ ਦੀ ਲੇਅਰ ਜੰਮੀ ਹੋਏਗੀ, ਜਿਹੜੀ ਕਿ ਪਿਘਲਣੀ ਸ਼ੁਰੂ ਹੋ ਜਾਊਗੀ। ਜਿੰਨੀ ਵੀ ਤੁਹਾਡੀ ਫਿਨਸ ਦੇ ਵਿੱਚ ਡਸਟਿੰਗ ਫਸੀ ਹੋਏਗੀ, ਉਹ ਸਾਰੀ ਡਰੇਨ ਪਾਈਪ ਦੇ ਥਰੂ ਬਾਹਰ ਨਿਕਲ ਜਾਏਗੀ। ਇਹਦਾ ਫਾਇਦਾ ਤੁਹਾਨੂੰ ਇੱਕ ਇਹ ਮਿਲ ਜਾਣਾ ਆ ਕਿ ਤੁਹਾਨੂੰ ਜਲਦੀ ਜਲਦੀ ਸਰਵਿਸ ਨਹੀਂ ਕਰਾਉਣੀ ਪਏਗੀ। ਨੋਰਮਲੀ ਕੀ ਹੁੰਦਾ ਆ, ਜਦੋਂ ਵੀ ਤੁਸੀਂ ਏ ਸੀ ਦੀ ਸਰਵਿਸ ਕਰਾਉਣੀ ਹੁੰਦੀ ਆ, ਬਾਹਰੋਂ ਬੰਦੇ ਆਉਂਦੇ ਆ, ਤਾਂ ਹੌਲੀ ਹੌਲੀ ਜਿਹੜੀ ਇਹਦੇ 'ਚ ਫਿਨਸ ਹੁੰਦੀਆਂ ਆ, ਉਹ ਬਿੰਗੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਆ। ਕਸਟਮਰ ਨੂੰ ਇਹ ਚੀਜ਼ ਪਤਾ ਨਹੀਂ ਲੱਗਦੀ, ਕਸਟਮਰ ਨੂੰ ਇਹ ਚੀਜ਼ ਉਦੋਂ ਪਤਾ ਲੱਗਦੀ ਜਦੋਂ 4-5 ਸਾਲ ਗੁਜ਼ਰ ਜਾਂਦੇ ਆ, ਉਹਦਾ ਏਅਰ ਫਲੋ ਵੀ ਘੱਟ ਜਾਂਦਾ ਆ, ਕੂਲਿੰਗ ਕਪੈਸਿਟੀ ਵੀ ਘੱਟ ਜਾਂਦੀ ਆ। ਬਟ ਇਸ ਏ ਸੀ ਦੇ ਵਿੱਚ ਤੁਹਾਨੂੰ ਇੱਦਾਂ ਦੀ ਕੋਈ ਦਿੱਕਤ ਨਹੀਂ ਮਿਲਣ ਹੋਊਗੀ। ਸਰ ਉਸ ਤੋਂ ਬਾਅਦ ਆ ਜਾਂਦਾ ਟ੍ਰਿਪਲ ਇਨਵਰਟਰ। ਅਦਰ ਬ੍ਰਾਂਡ ਕੀ ਹੈ, ਡਿਊਲ ਇਨਵਰਟਰ 'ਤੇ ਵਰਕ ਕਰਦੇ ਆ, ਬਟ ਹਾਇਰ ਦਾ ਜਿਹੜਾ ਏ ਸੀ ਆ ਟ੍ਰਿਪਲ ਇਨਵਰਟਰ 'ਤੇ ਵਰਕ ਕਰਦਾ ਆ। ਟ੍ਰਿਪਲ ਇਨਵਰਟਰ ਦੇ ਵਿੱਚ ਕੀ ਆ, ਇਹਦਾ ਇਨਡੋਰ ਪਲੱਸ ਆਊਟਡੋਰ ਯੂਨਿਟ ਪਲੱਸ ਇਹਦਾ ਪਾਵਰ ਸਰਕਿਟ ਬੋਰਡ ਜਿਹੜਾ ਕੰਪਨੀ ਨੇ ਡਿਜ਼ਾਈਨ ਕੀਤਾ ਹੋਇਆ ਹੈ, ਤਿੰਨੇ ਹੀ ਇਨਵਰਟਰ ਟੈਕਨੋਲੋਜੀ 'ਤੇ ਕੰਮ ਕਰਦੇ ਆ। ਇਸੇ ਕਰਕੇ ਕੰਪਨੀ 5 ਸਾਲ 5 ਸਾਲ ਦੀ ਤੁਹਾਨੂੰ ਕੰਪਲੀਟ ਵਾਰੰਟੀ ਦੇ ਰਹੀ ਆ, ਉਹਦੇ ਵਿੱਚ ਕਿ ਤੁਹਾਡੀ ਗੈਸ ਪਲੱਸ ਜਿਹੜਾ ਤੁਹਾਡਾ ਪਾਵਰ ਸਰਕਿਟ ਬੋਰਡ ਆ ਉਹਨੂੰ ਵੀ ਕਵਰ ਕਰਦੀ ਆ। ਉਸ ਤੋਂ ਇਲਾਵਾ ਜੇ ਮੈਂ ਇਹਦੀ ਕੰਪਰੈਸਰ ਦੀ ਗੱਲ ਕਰਾਂ, ਤੁਹਾਡੇ ਕੰਪਰੈਸਰ ਦੇ ਵਿੱਚ 12 ਸਾਲ ਤੁਹਾਡੀ ਕੰਪਲੀਟ ਕਰਦੀ ਆ ਕੰਪਨੀ, ਕਵਰ ਕਰਦੀ ਆ ਸੋਰੀ। ਅਤੇ ਉਸ ਤੋਂ ਬਾਅਦ ਆ ਜਾਂਦੀ ਹੈ ਏ ਸੀ ਤੁਹਾਡਾ ਕਿੰਨੇ ਡਿਗਰੀ ਤੱਕ ਕੱਟ ਮਾਰਦਾ ਹੈ। ਮਾਰਕੀਟ ਵਿੱਚ ਤੁਸੀਂ ਏ ਸੀ ਕਈ ਦੇਖੇ ਹੋਣਗੇ ਜਿਨ੍ਹਾਂ ਦੇ ਰਿਟਰਨ ਦੇ ਵਿੱਚ ਲਿਖਿਆ ਹੁੰਦਾ ਕਿ 54 ਡਿਗਰੀ ਤੱਕ ਕੱਟ ਨਹੀਂ ਮਰੇ ਆ। ਸਰ ਮਾੜਾ ਕਲੋਜ਼ ਕਰਕੇ ਤੁਸੀਂ ਦਿਖਾਓ ਦਰਸ਼ਕਾਂ ਨੂੰ ਕਿ ਜਿਹੜਾ ਸਾਡਾ ਏ ਸੀ ਆ ਇਹ 60 ਡਿਗਰੀ ਤੱਕ ਕੱਟ ਨਹੀਂ ਮਾਰਦਾ, ਰਿਟਰਨ ਦੇ ਵਿੱਚ ਲਿਖ ਕੇ ਦਿੰਦੀ ਹੈ ਜੀ ਕੰਪਨੀ। ਅਤੇ ਜਿਹੜਾ ਇਹਦਾ ਏਅਰ ਥਰੋ ਆ 15 ਮੀਟਰ ਤੱਕ ਆ ਜੀ। ਇਹ ਸਾਰੀਆਂ ਚੀਜ਼ਾਂ ਹੀ ਮਿਲਾ ਕੇ ਇਸ ਪ੍ਰੋਡਕਟ ਨੂੰ ਇੱਕ ਬਿਹਤਰ ਪ੍ਰੋਡਕਟ ਤਿਆਰ ਕਰਦੀ ਹੈ। ਹਾਈਪਰ ਪੀਬੀਸੀ ਦੇ ਵਿੱਚ ਆਉਂਦਾ ਜੀ ਇਹ। ਜੇ ਮੈਂ ਇਹਦਾ ਤੁਹਾਨੂੰ ਪਾਵਰ ਸਰਕਿਟ ਬੋਰਡ ਖੋਲ੍ਹ ਕੇ ਦਿਖਾਊਂਗਾ ਤਾਂ ਇਹਦੇ ਵਿੱਚ 10 ਰੋ ਆਉਂਦੀਆਂ। ਵੱਡੇ ਤੋਂ ਵੱਡਾ ਏ ਸੀ ਲੈ ਲਓ ਤੁਸੀਂ ਮਾਰਕੀਟ ਦੇ ਵਿੱਚ, ਉਹ ਜ਼ਿਆਦਾ ਤੋਂ ਜ਼ਿਆਦਾ 6 ਰੋ ਯੂਜ਼ ਕਰਦਾ, ਬਟ ਹਾਇਰ ਦਾ ਏ ਸੀ ਜਿਹੜਾ ਆ 10 ਰੋ ਯੂਜ਼ ਕਰਦਾ। ਅਸੀਂ ਇਹ ਤੁਹਾਨੂੰ ਰਿਟਰਨ ਦੇ ਵਿੱਚ ਲਿਖ ਕੇ ਦੇ ਸਕਦੇ ਹਾਂ। ਦੈਨ ਉਸ ਤੋਂ ਬਾਅਦ ਮਾਈਕਰੋ ਫਿਲਟਰ ਅੰਦਰ ਵਿੱਚ, ਹਵਾ ਦੇ ਵਿੱਚ ਛੋਟੇ ਛੋਟੇ ਕਣ ਹੁੰਦੇ ਆ, ਇਹ ਏ ਸੀ ਉਹ ਉਹਨਾਂ ਕਣਾਂ ਨੂੰ ਆਪਣੇ ਫਿਲਟਰ ਦੇ ਵਿੱਚ ਅਬਜ਼ੋਰਬ ਕਰ ਲੈਂਦਾ ਆ। ਜਦੋਂ ਤੁਸੀਂ ਸੈਲਫ ਕਲੀਨ ਕਰਦੇ ਆ ਉਹਦੇ ਥਰੂ ਜਿਹੜੀ ਡਸਟਿੰਗ ਬਾਹਰ ਨਿਕਲ ਜਾਂਦੀ ਆ, ਇਹ ਇਹਦੇ 'ਚ ਪਲੱਸ ਪੁਆਇੰਟ ਆ ਜੀ। ਅਤੇ ਹੁਣ ਜਿੰਨੇ ਵੀ ਸਬਸਕ੍ਰਾਈਬਰ ਤੁਸੀਂ ਦੇਖ ਰਹੇ ਹੋ, ਜਿੰਨੇ ਵੀ ਦਰਸ਼ਕ ਇਹ ਵੀਡੀਓ ਦੇਖ ਰਹੇ ਆ, ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਤੇ ਸਾਡੇ ਸ਼ੋਰੂਮ ਦੇ ਉੱਤੇ ਵਿਜ਼ਿਟ ਕਰਦੇ ਹੋ, ਤਾਂ ਇਹ 5-star ਏ ਸੀ ਸਿਰਫ ਤੁਸੀਂ 38,999 ਰੁਪਏ ਦੇ ਵਿੱਚ ਇਨਕਲੂਡ ਫਿਟਿੰਗ ਲੈ ਕੇ ਜਾ ਸਕਦੇ ਹੋ ਅਤੇ ਆਪਣੇ ਘਰ ਇੱਕ ਵਧੀਆ ਪ੍ਰੋਡਕਟ ਅਤੇ ਖੁਸ਼ੀਆਂ ਮਾਣ ਸਕਦੇ ਹੋ। ਥੈਂਕ ਯੂ ਸੋ ਮੱਚ। ਸਾਡਾ ਚੈਨਲ ਸਬਸਕ੍ਰਾਈਬ ਕਰਿਓ ਜ਼ਰੂਰ ਅਤੇ ਇਹਨੂੰ ਸ਼ੇਅਰ ਕਰਿਓ। ਧੰਨਵਾਦ ਜੀ।